ਭਾਰਤੀ ਗ੍ਰਿਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਤੱਕ ਪਹਿਲੇ ਤ੍ਰਿਕੋਣੀ ਬਿਜਲੀ ਪ੍ਰਸਾਰਣ ਪ੍ਰੋਜੈਕਟ ਦਾ ਅੱਜ ਉਦਘਾਟਨ ਕੀਤਾ ਗਿਆ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਬੰਗਲਾਦੇਸ਼ ਦੇ ਬਿਜਲੀ ਮੰਤਰਾਲੇ ਦੇ ਸਲਾਹਕਾਰ ਫੌਜੁਲ ਕਬੀਰ ਖਾਨ ਅਤੇ ਨੇਪਾਲ ਦੇ ਊਰਜਾ ਮੰਤਰੀ ਦੀਪਕ ਖੜਕਾ ਨਾਲ ਵਰਚੁਅਲ ਤਰੀਕੇ ਰਾਹੀਂ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਗ੍ਰਿਡ ਰਾਹੀਂ ਕੀਤਾ ਗਿਆ ਇਹ ਪਹਿਲਾ ਤ੍ਰਿਕੋਣੀ ਬਿਜਲੀ ਸਮਝੌਤਾ ਹੈ